ਦੇਖੋ, ਆਪ ਸਾਰਿਆਂ ਨੂੰ ਪਤਾ ਕਿ ਪਿਛਲੇ ਸਮੇਂ ਦੇ ਅੰਦਰ ਜੋ ਕਾਂਗਰਸ ਨੇ ਪੰਜਾਬ 'ਤੇ ਜ਼ੁਲਮ ਕੀਤਾ, ਪੰਥ 'ਤੇ ਜ਼ੁਲਮ ਕੀਤਾ, ਜੂਨ 84 ਦਾ ਘੱਲੂਘਾਰਾ, ਨਵੰਬਰ 84 ਦਾ ਕਤਲੇਆਮ, ਉਸ ਦਾ ਇਨਸਾਫ ਲੈਣ ਵਾਸਤੇ ਜੋ ਬੇਅੰਤ ਸਿੰਘ ਮੁੱਖ ਮੰਤਰੀ ਵਰਗਿਆਂ ਨੇ ਜੋ ਕਤਲੇਆਮ ਕੀਤਾ ਸੀਗਾ, ਉਹਨਾਂ ਨੂੰ ਚਾਹੇ ਇੰਦਰਾ ਗਾਂਧੀ ਸੀ ਚਾਹੇ ਬੇਅੰਤ ਸਿੰਘ ਸੀ, ਖਾਲਸਾ ਪੰਥ ਨੇ ਸਜ਼ਾ ਦਿੱਤੀ। ਪਰ ਜਿਹੜੇ ਅਫਸਰ ਉਸ ਵੇਲੇ ਗੁਨਾਹਗਾਰ ਸੀ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਬਾਕੀ ਸਨ, ਤਾਂ ਪੰਥ ਨੇ ਬਾਦਲਾਂ ਨੂੰ ਪਹਿਰੇਦਾਰ ਬਣ ਕੇ ਪੰਜਾਬ ਦੀ ਸਰਕਾਰ ਵੀ ਦਿੱਤੀ ਅਤੇ ਕੇਂਦਰ 'ਚ ਵੀ ਭਾਈਵਾਲ ਬਣਾਇਆ ਇਹ ਪੰਜਾਬ ਦੇ ਲੋਕਾਂ ਨੇ। ਪੰਥ ਨੇ ਇਹਨਾਂ ਨੂੰ ਪਹਿਰੇਦਾਰ ਬਣਾ ਕੇ ਭੇਜਿਆ ਸੀਗਾ ਉਹਨਾਂ ਨਾਲ, ਉਹਨਾਂ ਤੋਂ ਇਨਸਾਫ ਲੈਣ ਲਈ, ਪਰ ਇਹ ਉਹਨਾਂ ਨਾਲ ਘਿਓ ਖਿਚੜੀ ਹੋ ਗਏ ਅਤੇ ਉਲਟਾ ਇਹਨਾਂ ਨੇ ਸਮੇਧ ਸੈਣੀ ਨੂੰ DGP ਲਾ ਦਿੱਤਾ, ਇਜ਼ਰਾ ਆਲਮ ਵਰਗਿਆਂ ਨੂੰ ਆਪਣਾ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਬਾਦਲ ਦਲ ਦਾ, ਅਤੇ ਉਹਦੀ ਘਰਵਾਲੀ ਨੂੰ MLA ਅਤੇ ਪਾਰਲੀਮਾਨੀ ਸਕੱਤਰ ਬਣਾ ਦਿੱਤਾ। ਇਸ ਕਾਰਨ ਕਰਕੇ ਅੱਜ ਮੁੱਖ ਲੋੜ ਆ ਬਾਦਲਾਂ ਨੂੰ ਸੱਤਾ ਤੋਂ ਪਰੇ ਕਰਨ ਦੀ, ਜਿਨ੍ਹਾਂ ਨੇ ਸੌਦਾ ਸਾਧ ਵਰਗਿਆਂ ਦੇ ਨਾਲ ਰਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਸੀ ਉਹ ਕਰਵਾਈ, ਬਰਗਾੜੀ ਕਾਂਡ, ਬਹਿਬਲ ਕਾਂਡ, ਕੋਟਕਪੂਰਾ ਕਾਂਡ, ਸੌਦਾ ਸਾਧ ਕਾਂਡ, ਚੌੜ ਸਿੱਧਵਾ ਕਾਂਡ, ਲੁਹਾੜਾ ਕਾਂਡ, ਕਿੰਨੇ ਕਾਂਡ ਜਿਹੜੇ ਬਾਦਲਾਂ ਨਾਲ ਜੁੜੇ ਹੋਏ ਆ, ਅਤੇ ਅੱਜ ਜਿਨ੍ਹਾਂ ਨੂੰ ਪਹਿਰੇਦਾਰ ਬਣਾਇਆ ਸੀ ਉਹ ਜਦੋਂ ਕੁੱਤੀ ਚੋਰਾਂ ਨਾਲ ਰਲ ਜਾਵੇ ਤਾਂ ਫਿਰ ਕੁੱਤੀ ਨੂੰ ਬਦਲਣਾ ਪੈਂਦਾ। ਇਸੇ ਤਰ੍ਹਾਂ ਇਹਨਾਂ ਜਿਨ੍ਹਾਂ ਨੂੰ ਪਹਿਰੇਦਾਰ ਬਣਾ ਕੇ ਭੇਜਿਆ ਸੀਗਾ ਇਹ ਉਹਨਾਂ ਨਾਲ ਰਲ ਗਏ, ਅੱਜ ਇਹਨਾਂ ਨੂੰ ਪਰੇ ਕਰਨ ਵਾਸਤੇ ਇੱਥੇ ਸੈਂਕੜੇ ਗੱਡੀਆਂ ਦਾ ਕਾਫਲਾ ਅਤੇ ਹਜ਼ਾਰਾਂ ਸਿੱਖ ਸੰਗਤਾਂ ਦਾ ਜਿਹੜਾ ਇਕੱਠ ਆ, ਅੱਜ ਬਰਗਾੜੀ ਤੋਂ ਰੋਸ ਮਾਰਚ ਬਾਦਲਾਂ ਦੇ ਕੱਫਣ 'ਚ ਆਖਰੀ ਕਿੱਲ ਠੋਕਣ ਵਾਸਤੇ ਜਾ ਰਹੇ ਆ। ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ, ਇਹ ਜੋਸ਼ ਜਿਹੜਾ ਇਹ ਸੰਗਤਾਂ ਨੂੰ ਜਾਗਰੂਕ ਕਰੂਗਾ ਬਾਦਲਾਂ ਦੇ ਕੀਤੇ ਗੁਨਾਹਾਂ ਤੋਂ, ਅਤੇ ਮੈਂ ਬੇਨਤੀ ਕਰੂੰਗਾ ਕਿ ਆਖਰੀ ਹੱਲਾ ਇਹ ਪੰਥ ਨੂੰ, ਕੌਮ ਨੂੰ ਬਾਦਲਾਂ ਨੂੰ ਪੰਥ ਤੋਂ ਪਰੇ ਕਰਨ ਵਾਸਤੇ ਮਾਰਨਾ ਚਾਹੀਦਾ, ਅਤੇ ਅੱਜ ਇਹ ਹੱਲਾ ਮਾਰਨ ਵਾਸਤੇ ਕੌਮ ਜਿਹੜੀ ਆ ਸਾਰੀ ਬਰਗਾੜੀ ਦੇ ਵਿੱਚ ਆ, ਪੰਥ ਦਰਦੀ ਇਕੱਠੇ ਹੋਏ ਆ ਬਾਦਲਾਂ ਨੂੰ ਸੱਤਾ ਤੋਂ ਪਰੇ ਕਰਨ। ਅੱਜ ਬਾਦਲਾਂ ਦਾ ਪੱਤਾ ਪੂਰੇ ਪੰਜਾਬ 'ਚੋਂ ਸਾਫ਼ ਆ, ਬਠਿੰਡਾ 'ਚੋਂ ਵੀ ਅਤੇ ਫਿਰੋਜ਼ਪੁਰ ਜਿੱਥੋਂ ਬਾਦਲ ਖੁਦ ਪਰਿਵਾਰ ਚੋਣ ਲੜ ਰਿਹਾ ਇੱਥੋਂ ਵੀ ਇਹਨਾਂ ਦਾ ਪੱਤਾ ਸਾਫ਼ ਕਰਨ ਵਾਸਤੇ ਜਿਹੜਾ ਰੋਸ ਮਾਰਚ ਆ ਇਹ ਕੀਤਾ ਜਾ ਰਿਹਾ। ਦੇਖੋ, ਅੱਜ ਤੁਸੀਂ ਦੇਖ ਰਹੇ ਹੋ ਸਾਰੀਆਂ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਹੋਏ ਆ, ਸਾਰੀਆਂ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ, ਸਿੱਖ ਸੰਗਤਾਂ ਦੇ ਵੱਲੋਂ ਰਲ ਕੇ ਜਿਹੜਾ ਹੰਭਲਾ ਮਾਰਿਆ ਜਾ ਰਿਹਾ। ਮੇਰੀ ਭਾਵੇਂ ਸਿਹਤ ਨਹੀਂ ਸੀ ਠੀਕ, ਡਾਕਟਰ ਨੇ ਆਰਾਮ ਦੀ ਸਲਾਹ ਦਿੱਤੀ ਹੈ, ਮੈਨੂੰ ਚਿਕਨ ਪੌਕਸ ਅਤੇ ਬੁਖਾਰ ਹੋਇਆ, ਪਰ ਇਸ ਦੇ ਬਾਵਜੂਦ ਵੀ ਮੈਂ ਸਮਝਦਾ ਕਿ ਜਿਵੇਂ ਗੁਰੂ ਕਾ ਖਾਲਸਾ ਪੰਥ ਲਈ ਅੱਧਾ ਵੱਢਿਆ ਟੁੱਕਿਆ ਵੀ ਲੜਦਾ ਸੀ, ਅੱਜ ਮੇਰਾ ਫਰਜ਼ ਆ ਕਿ ਕੌਮ ਨੇ ਆਵਾਜ਼ ਮਾਰੀ ਅਤੇ ਆਪਾਂ ਕੌਮੀ ਸੇਵਾਦਾਰ ਬਣ ਕੇ, ਆਪਾਂ ਪੰਥ ਦੇ ਸੇਵਾਦਾਰ ਬਣ ਕੇ ਇਹਦੇ ਵਿੱਚ ਆਪਣਾ ਬਣਦਾ ਰੋਲ ਅਦਾ ਕਰਨਾ। ਮੈਂ ਪੂਰੇ ਪੰਜਾਬ ਨੂੰ, ਪੂਰੇ ਇਨਸਾਫ ਪਸੰਦ ਲੋਕਾਂ ਨੂੰ, ਪੂਰੇ ਪੰਥ ਨੂੰ ਅਪੀਲ ਕਰਦਾ ਕਿ ਆਓ ਆਖਰੀ ਹੱਲਾ ਮਾਰ ਦਿਓ ਬਾਦਲਾਂ ਦੇ ਕੱਫਣ 'ਚ, ਆਖਰੀ ਕਿੱਲ ਠੋਕ ਦਿਓ ਇਹਨਾਂ ਨੂੰ, ਪੰਥ ਦੀ ਪੰਜਾਬ ਦੀ ਸਿਆਸਤ ਤੋਂ ਪਰੇ ਕਰਨ ਦਾ ਵੇਲਾ। ਜੇ ਅੱਜ ਦੁਬਾਰਾ ਇਹਨਾਂ 'ਚ ਸਾਹ ਪੈਂਦੇ ਰਹਿ ਗਏ ਤਾਂ ਮੁੜ ਕੇ ਪੰਥ ਅਤੇ ਪੰਜਾਬ ਦੇ ਹਾਲਾਤ ਪਤਾ ਨਹੀਂ ਕੀ ਬਣਨਗੇ। ਇਸ ਕਰਕੇ ਹੁਣ ਮੈਂ ਵੇਖ ਰਿਹਾ ਪੰਥ ਨੇ ਇਹ ਜਿਹੜਾ ਹੈਗਾ ਫੈਸਲਾ ਕਰ ਲਿਆ, ਪੰਜਾਬ ਨੇ ਫੈਸਲਾ ਕਰ ਲਿਆ ਕਿ ਹੁਣ ਪੂਰੇ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਤੋਂ ਬਾਦਲਾਂ ਦਾ ਪੱਤਾ ਸਾਫ਼ ਕਰਕੇ ਸਾਹ ਲੈਣਗੇ। ਖਾਲਸਾ ਜੀ, ਲੱਗਦਾ ਨਹੀਂ ਹੈ ਕਿ ਬਰਗਾੜੀ ਮੋਰਚੇ ਦਾ ਪੂਰਾ ਦਬਾਅ ਬਣਿਆ ਹੋਇਆ ਸੀ ਸਰਕਾਰ 'ਤੇ, ਸਾਰਾ ਜਿਹੜਾ ਹੈਗਾ ਕਾਰਵਾਈ ਹੋਣ ਜਾ ਰਹੀ ਸੀਗੀ, ਪਰ ਸਮੇਂ ਤੋਂ ਪਹਿਲਾਂ ਚੱਕਿਆ ਜਾਣ ਕਰਕੇ ਲੱਗਦਾ ਨਹੀਂ ਇਹਦੇ ਬਾਰੇ ਰੋਸ ਮਾਰਚ ਕਰਨੇ ਪੈ ਰਹੇ। ਇਹਦੇ ਬਾਰੇ ਮੈਂ ਪਹਿਲਾਂ ਵੀ ਕਹਿ ਚੁੱਕਿਆ, ਇਹਦੇ ਬਾਰੇ ਤੁਸੀਂ ਜਥੇਦਾਰ ਧਿਆਨ ਸਿੰਘ ਮੰਡ ਨੂੰ ਸਵਾਲ ਕਰੋ ਤਾਂ ਉਹ ਵਧੀਆ ਹੋਊਗਾ। ਅਸੀਂ ਉਸ ਮੋਰਚੇ ਨੂੰ ਸਿਖਰ 'ਤੇ ਲਿਜਾਣ ਲਈ ਆਖਰੀ ਟਾਈਮ ਤੱਕ ਜਿਹੜਾ ਅਸੀਂ ਪੂਰਾ ਸਹਿਯੋਗ ਦਿੱਤਾ, ਪੂਰਾ ਤਾਣ ਲਾਇਆ, ਜ਼ੋਰ ਲਾਇਆ, ਅਤੇ ਉਸ ਮੋਰਚੇ ਕਰਕੇ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਕੀਤੀਆਂ, ਪਰ ਉਹਦੇ 'ਚ ਕਾਹਲੀ ਕਿਉਂ ਕੀਤੀ, ਮਜਬੂਰੀ ਕੀ ਜਾਂ ਸਮਝੌਤਾ ਕੀ ਸੀ, ਉਹ ਜਥੇਦਾਰ ਮੰਡ ਸਾਹਿਬ ਇਹਦੇ ਬਾਰੇ ਦੱਸ ਸਕਦੇ ਆ, ਕਿਉਂਕਿ ਉਹ ਦਿਨ ਰਾਤ ਉੱਥੇ ਬੈਠੇ ਸੀ। ਅਸੀਂ ਉਸ ਮੋਰਚੇ ਦੀ ਸਪੋਰਟ ਕੀਤੀ ਸੀ ਪੂਰੀ ਤਰ੍ਹਾਂ ਨਾਲ, ਅੱਜ ਵੀ ਅਸੀਂ ਪੰਥ ਦਾ ਕੋਈ ਮਸਲਾ ਹੋਵੇ, ਕੋਈ ਪੰਥ ਦਰਦੀ ਉਸ ਪੰਥ ਦੀ ਗੱਲ ਕਰੇ ਤਾਂ ਅਸੀਂ ਆਪਣਾ ਫਰਜ਼ ਅਦਾ ਕਰਨ ਵਾਸਤੇ ਉੱਥੇ ਪੂਰਾ ਅਸੀਂ ਜ਼ੋਰ ਨਾਲ ਪਹੁੰਚਦੇ ਹਾਂ।
ਇੱਥੇ ਕੋਈ ਵੀ ਆ ਸਕਦਾ ਜੀ। ਇੱਥੇ ਪੰਥ ਦੇ ਵੱਲੋਂ ਸਮੁੱਚੇ ਤੌਰ ਤੇ ਸੰਗਤਾਂ ਦੇ ਵੱਲੋਂ ਇਹ ਜਿਹੜਾ ਮਾਰਚ ਦਾ ਐਲਾਨ ਕੀਤਾ ਗਿਆ ਵਾ, ਇੱਥੇ ਕੋਈ ਵੀ ਆ ਸਕਦਾ ਵਾ, ਕਿਸੇ ਨੂੰ ਵੀ ਇੱਥੇ ਜਿਹੜਾ ਹੈ ਆਉਣ ਤੋਂ ਮਨਾਹੀ ਨਹੀਂ ਹੈ, ਪਰ ਜੋ ਜਿਸ ਨੇ ਕੀਤਾ ਉਹਦਾ ਹਿਸਾਬ ਕਿਤਾਬ ਪੰਥ ਦੇ ਕੋਲ ਆ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਆਓ, ਅੱਜ ਸਮਾਂ ਆਪਸ ਵਿੱਚ ਲੜਨ ਝਗੜਨ ਦਾ ਨਹੀਂ, ਆਪਸੀ ਗਿਲੇ ਸ਼ਿਕਵੇ ਬਾਅਦ 'ਚ ਵੀ ਹੋ ਸਕਦੇ ਆ, ਪਰ ਜਿਹੜਾ ਬਾਦਲਾਂ ਨੇ ਜ਼ੁਲਮ ਕੀਤਾ ਅੱਜ ਬਾਦਲਾਂ ਦੇ ਕੋਲੋਂ ਇਨਸਾਫ ਲੈਣ ਦਾ ਸਮਾਂ। ਇਸ ਕਰਕੇ ਸਾਰੇ ਪੰਥ ਦਾ ਬੱਚਾ ਬੱਚਾ, ਪੰਥ ਦੀਆਂ ਜਥੇਬੰਦੀਆਂ, ਮੈਂ ਤਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕੇਵਲ ਬਾਦਲਾਂ ਦੇ ਖਿਲਾਫ ਅਖਬਾਰੀ ਬਿਆਨਬਾਜ਼ੀ ਤੱਕ ਸੀਮਤ ਰਹਿੰਦੇ ਆ ਅਤੇ ਅੱਜ ਉਹ ਆਪਣੇ ਘਰਾਂ 'ਚ ਬੈਠੇ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆਓ, ਹੁਣ ਬਠਿੰਡੇ ਡੇਰੇ ਲਾਓ, ਫਿਰੋਜ਼ਪੁਰ ਡੇਰੇ ਲਾਓ, ਘਰਾਂ 'ਚ ਨਾ ਬੈਠੋ, ਕੇਵਲ ਅਖਬਾਰੀ ਬਿਆਨਬਾਜ਼ੀ ਤੱਕ ਸੀਮਤ ਨਾ ਰਹੋ। ਉਹ ਜਿੰਨੇ ਵੀ ਲੀਡਰ ਬਾਦਲਾਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਆ, ਅੱਜ ਉਹ ਪੰਥ ਦੀ ਕਚਹਿਰੀ ਵਿੱਚ ਆਉਣ ਅਤੇ ਫਿਰੋਜ਼ਪੁਰ ਅਤੇ ਬਠਿੰਡਾ ਦੇ ਵਿੱਚ ਘਰ ਘਰ 'ਚ ਬੈਠ ਕੇ ਲੋਕਾਂ ਨੂੰ ਜਿਹੜਾ ਘਰ ਘਰ ਜਾ ਕੇ ਜਾਗਰਤ ਕਰਨ, ਆਪਣਾ ਬਣਦਾ ਫਰਜ਼ ਅਦਾ ਕਰਨ, ਨਹੀਂ ਤਾਂ ਕੇਵਲ ਫੋਕੀ ਬਿਆਨਬਾਜ਼ੀ ਨਾ ਕਰਿਆ ਕਰਨ। ਦੇਖੋ ਕਾਂਗਰਸ ਜਿਹੜੀ ਆ ਉਹ ਸਾਡੀ ਦੋਸ਼ੀ ਹੈ ਹੀ ਹੈ, ਪਰ ਕਾਂਗਰਸ ਨਾਲ ਲੜਨ ਵਾਸਤੇ ਅਸੀਂ ਬਾਦਲਾਂ ਨੂੰ ਚੁਣ ਕੇ ਭੇਜਿਆ ਸੀ, ਬਾਦਲ ਕਾਂਗਰਸ ਨਾਲ ਰਲ ਗਏ। ਇਸ ਕਰਕੇ ਬਾਦਲਾਂ ਨੂੰ ਪੰਥ ਦੀ ਸੱਤਾ ਤੋਂ ਪਰੇ ਕਰਨਾ ਅੱਜ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਇਹਨਾਂ ਨੂੰ ਪਰੇ ਕਰਕੇ ਅਸਲਾ ਪਹਿਰੇਦਾਰ ਪੰਥ ਦੇ ਅਸੀਂ ਚੁਣ ਲਵਾਂਗੇ, ਫਿਰ ਅਸੀਂ ਕਾਂਗਰਸ ਨਾਲ ਵੀ ਲੜ ਲਾਂਗੇ, ਅਸੀਂ ਸੌਦਾ ਸਾਧ ਨਾਲ ਵੀ ਲੜ ਲਾਂਗੇ, ਪਰ ਜੇ ਸਾਡੇ ਤਖਤਾਂ ਅਤੇ ਸਾਡੀਆਂ ਸ਼੍ਰੋਮਣੀ ਸੰਸਥਾਵਾਂ 'ਤੇ ਬਾਦਲ ਕਾਬਜ਼ ਰਹਿਣਗੇ ਤਾਂ ਫਿਰ ਨਾ ਅਸੀਂ ਸੌਦਾ ਸਾਧ ਨਾਲ ਲੜ ਸਕਦੇ, ਨਾ ਕਾਂਗਰਸ ਨਾਲ ਲੜ ਸਕਦੇ ਹਾਂ। ਕਾਂਗਰਸ ਅਤੇ ਸੌਦਾ ਸਾਧ ਵਰਗਿਆਂ ਨਾਲ ਲੜਨ ਵਾਸਤੇ ਸਾਨੂੰ ਪਹਿਲਾਂ ਬਾਦਲਾਂ ਨੂੰ ਪੰਥ ਦੀ ਜਿਹੜਾ ਹੈਗਾ ਉਹ ਖੇਮੇ 'ਚੋਂ ਬਾਹਰ ਕਰਨਾ ਪਊਗਾ। ਦੇਖੋ ਜਿਹੜਾ ਰਾਜੂ ਰਾਣਾ ਨੇ ਬਿਆਨ ਦਿੱਤਾ, ਜਦੋਂ ਪੰਥ ਦਾ ਇੱਕ ਹੱਕ 'ਚ ਕੋਈ ਵੀ ਬਿਆਨ ਦਿੰਦਾ ਉਹਦਾ ਪੰਥ ਸਤਿਕਾਰ ਕਰਦਾ, ਜਦੋਂ ਪੰਥ ਦੀਆਂ ਭਾਵਨਾਵਾਂ ਦੇ ਖਿਲਾਫ ਬਿਆਨ ਦਿੰਦਾ ਉਹਦਾ ਹਸਰ ਕੀ ਹੁੰਦਾ? ਭਾਈ ਰਾਜੂ ਰਾਣਾ ਦੇ ਬਿਆਨ ਦਾ ਹਸਰ ਤੁਸੀਂ ਦੇਖ ਲਓਗੇ ਕੀ ਹੋਣਾ ਪੰਜਾਬ ਦੇ ਅੰਦਰ। ਪਹਿਲਾਂ ਵੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਇੱਦਾਂ ਦਾ, ਆਪਣੀ ਭੈਣ ਨੂੰ ਵੀ ਉਹਨਾਂ ਨੇ ਖੜਾ ਕੀਤਾ ਸੀ ਪਟਿਆਲੇ ਤੋਂ, ਪਰ ਜਿਸ ਤਰ੍ਹਾਂ ਹਾਸਰ ਹੋਇਆ ਸੀ ਉਹ ਤੁਹਾਡੇ ਸਾਹਮਣੇ ਆ। ਅੱਜ ਪੰਥ ਦਾ ਬੱਚਾ ਬੱਚਾ ਬਾਦਲਾਂ ਨੂੰ ਇੰਦਰਾ ਗਾਂਧੀ ਤੋਂ ਬਿਆਨਤੇ ਬੁੱਚੜ ਤੋਂ ਘੱਟ ਨਹੀਂ ਸਮਝਦਾ। ਇਸ ਕਰਕੇ ਅੱਜ ਦੇ ਜਿਹੜਾ ਬਿਆਨਤਾ ਬੁੱਚੜ ਅਤੇ ਇੰਦਰਾ ਗਾਂਧੀ ਬਾਦਲ ਆ ਉਹਨਾਂ ਨੂੰ ਪਰੇ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਉਹਨਾਂ ਦੇ ਹੱਕ 'ਚ ਭੁਗਤੂਗਾ ਪੰਥ ਉਹਦੇ ਨਾਲ ਨਹੀਂ ਜਾਊ, ਪੰਥ ਉਹਦੇ ਵੀ ਖਿਲਾਫ ਹੋਊਗਾ, ਜਿਹੜਾ ਇਹਨਾਂ ਦੇ ਖਿਲਾਫ ਜਾਊਗਾ ਪੰਥ ਉਹਨਾਂ ਦੇ ਨਾਲ। ਉਹਨਾਂ ਨੇ ਕਦੇ ਨਹੀਂ ਕਿਹਾ ਕਾਂਗਰਸ ਜਿਹੜੀ ਆ ਉਹ, ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖ ਆ ਉਹ ਲੜਨਗੇ ਅਤੇ ਮੈਂ ਵੀ ਇੱਕ ਸਿੱਖ ਹੋਣ ਦੇ ਨਾਤੇ ਜਿਹੜਾ ਬਾਦਲਾਂ ਦੇ ਖਿਲਾਫ ਲੜੂ ਉਹਨੂੰ ਮੈਂ ਸਮਰਥਨ ਕਰੂੰਗਾ। ਬਾਕੀ ਮੈਂ ਸਮਝਦਾ ਇਹ ਉਹ ਆਪਣਾ ਕਰਨ ਨਾ ਕਰਨ, ਅੱਜ ਪੰਥ ਸਮਰੱਥਾ 'ਚ ਆ, ਪੰਥ ਤਾਕਤ ਵਿੱਚ ਆ, ਪੰਥ ਖੁਦ ਬਾ ਖੁਦ ਬਾਦਲਾਂ ਨੂੰ ਪੰਥ ਦੇ ਖੇਮੇ 'ਚੋਂ ਬਾਹਰ ਕਰਨ ਵਾਸਤੇ ਜਿਹੜਾ ਹੈਗਾ SGPC ਵੀ ਆਉਣ ਵਾਲੇ ਸਮੇਂ ਦੇ ਵਿੱਚ ਲੜੂਗਾ। ਸਾਨੂੰ ਉਸ ਵਿੱਚ ਖਾਲਸਾ ਪੰਥ ਸੰਗਤਾਂ ਦੇ ਸਮਰਥਨ ਦੀ ਲੋੜ ਆ, ਸਾਨੂੰ ਕਿਸੇ ਸਿਆਸੀ ਲੀਡਰ ਜਾਂ ਪਾਰਟੀ ਦੇ ਸਮਰਥਨ ਦੀ ਲੋੜ ਨਹੀਂ ਹੈ।